सना ओ सना मेरी गल सुन ओ ना अपना करे ना प्रवेश दी सवाणी रोस्ते भाग गई तेनु का आका आसे साडे मारता दी खड़ी ले हां प्रवेश गया पिछू लड़दे लड़दा सच्ची गल है मजाक नहीं लड़े क्या हूं मैं मेनू नहीं पता इस चीज दा ठीक है ते फोन ही नहीं चला प्रवेश भाई ने देखो ना फोन नहीं चला रही है फोन कर कर ते आ गई सना मसला क्या बड़ा अस्सलामुअलैकुम गाइस वेलकम टू माय यूट्यूब चैनल क्या हाल चाल है उम्मीद करता तुम ठीक ठाक हो शुक्र अल्हम्दुलिल्लाह मैं भी ठीक ठाक हाँ मेरी फैमिली बिल्कुल ठीक ठाक है बड़ी सैड जी खबर है ते बड़ी सैड गल है परवेज भाई की जी बेगम है इस रोस्ते पेका तो वाग गई है ते परवेज भाई भी घरे को नहीं पता आसिया साढ़े मारते दस्ती खड़ी आसिया दस्ती वी रोज तो टूरी जाती पिछू मोटरसाइकिल बजा दी कोई ना चक्कर तू किधर आया उसरा चढ़ा नहीं सकता लड़दे पैन था मैं केड़ा इत्ते आऊं मेरा मेरा तू किधर आया मैं तो हुन काम तो आंदा पिया मैं तो ए वे जगह पर पक्की लात ते जांदा पिया मोटरसाइकिल में ओए आपे तू किस लई थाई मैं तो तेरी चाची चाचे थे लड़े ना मैं तो आ लियो ना तू होना तो है होना तो है इधर के करदा है मैं कह थाई आई पिया हाय हाय लो भाई गाइस ਹੁਣ ਸਾਨੂੰ ਕਹਿ ਨਹੀਂ ਪਤਾ ਵੀ ਕਿਹੜੀ ਗੱਲ ਹੋਈ ਤੇ ਕਿਹੜੀ ਬਾਤ ਹੋਈ ਆਪਾਂ ਨੂੰ ਕਿਵੇਂ ਪਤਾ ਲੱਗ ਸੀ ਵੀ ਕਿਹੜੀ ਗੱਲ ਤੋਂ ਲੜੇ ਨੇ ਉਹ ਰੁੱਸ ਕੇ ਉਹਦੀ ਮਾਂ ਲੈ ਕੇ ਵਗ ਗਈ ਉਹ ਉੱਡ ਕੇ ਦੇ ਮੂੰਹ ਚ ਆ ਗਿਆ ਸਾਨੂੰ ਕਿਵੇਂ ਪਤਾ ਲੱਗ ਸੀ ਨਵੇਂ ਤੋਂ ਨਵਾਂ ਕੱਟੀ ਖਾਣ ਦਾ ਨਵੇਂ ਤੋਂ ਨਵੀਂ ਸਿਰ ਪੀੜ ਸਾਡੀ ਮੈਨੂੰ ਪਤਾ ਹੋਵੇ ਇਸ ਚੀਜ਼ ਦਾ ਸਵਾਤੀ ਬੰਦਾ ਕਰੇ ਨਾ ਮੈਂ ਤਾਂ ਹੁਣ ਆ ਸੀ ਤੇ ਸਾਡੇ ਮੇਰੇ ਤੇ ਵਰਜਾਈ ਬਾਲਾ ਪ੍ਰਵੇਸ਼ ਲੜਾ ਤੇ ਲੜੀਏ ਸ਼ਾਹ ਜਿੱਤੇ ਹੋ ਗਈ ਇਸ ਦੱਸੇ ਸੀ ਤਾਂ ਆਇਆ ਨਾ ਉਹ ਹੀ ਤੈਨੂੰ ਕੱਲ ਜੋ ਦੱਸਿਆ ਹੁਣ ਸ਼ਾਹ ਜੀ ਦਾ ਵੀ ਹੱਕ ਹੈ ਨਾ ਕਿ ਆਪਾਂ ਨੂੰ ਦੱਸਿਆ ਕਰਾ ਵੀ ਅਸੀਂ ਇਸ ਗੱਲ ਤੋਂ ਡਰਦੇ ਪਏ ਆ मोबाइल गाइस पता के मसला ये बड़ा है कि आसिया मैं पिया भी सुता हूँ ठीक है आसिया हूँ सही मारे सड सड मारते अज पिए के परवेज भाई तो परवेज भाई की बेगम जड़े दो लड़े लड़ाई की ने झगड़ा झुगड़ा उन्होंने होया तो और रुस के गई उन्हें उस उपर फोन उनकी मां लमनाई है ये तो मैं समझ नहीं पीना पता नहीं कौन है लड़े ने अपने घरे अपनी धी लाई जाने हक को नहीं पूछा को नहीं तरीका परवेज भाई बोलना छोड़ा है ना उस डियार बाद इन्होंने घर वाल अज आए समझ आ गई असर मसला यह जाना पिया के इन्हें सवाणी मर्दा इयो ही राय आई कि अदनान भाई और इन्हों की फैमिली बोलन का शिफ्टी करी असा साड़ी जितनी फैमिली है ना काशिफ हो गया आसिया मेरे बाल असा सारे ठीक है असा प्रवेश भाई उन्होंने रात तक कोई रखते साड़े घर जो सिर्फ यानी हाँ। कि मेरे छोटे बच्चे आंदे ने यूसुफ लाला ए आंदा सी कदान इधर नहीं आए गए हां जी और सानू किवें पता लग सी कि केड़ी गल तो इन्हां दी लड़ाई केड़ी गल तो तू किथे जदों लड़े ने मैं अंदर सुत्ते हुए हां तेरे को नहीं पता केड़ी गल तो लड़े ने कोई नहीं अच्छा भाई सुनो कि साड़े घर दे इतनी तिकर नौबत गई है दीवार डेवण तिकर
ਜਿਹੜੇ ਸਾਡੇ ਘਰ ਦੀ ਨੌਬਤ ਇਹਨਾਂ ਦੀਵਾਰ ਦੇਵਣ ਤੱਕ ਗਈ ਹੈ ਲੇਕਿਨ ਪ੍ਰਵੇਸ਼ ਭਾਈ ਆਖੋ ਕਿ ਦੀਵਾਰ ਨਾ ਡਿਓ ਕਿ ਮੈਂ ਦੀਵਾਰ ਨਹੀਂ ਡਿਵਣ ਦੇਣਾ ਉਹਨਾਂ ਦੀ ਵਜ੍ਹਾ ਤੋਂ ਵਿੱਚ ਹਾਲੀ ਇਕੱਠੇ ਵਜੇ ਤਾਂ ਇਕੱਠੇ ਵਜੇ ਇਹ ਵੇਖੋ ਨਾ ਇੱਟਾਂ ਉੱਟਾਂ ਜਿਹੜੀਆਂ ਨਾ ਅਸੀਂ ਸਟਾਈਆਂ ਦੀਵਾਰ ਵਾਸਤੇ ਤੁਹਾਨੂੰ ਮੈਂ ਦੱਸਾਂ ਹੀ ਆਈ ਤੁਹਾਨੂੰ ਮੈਂ ਦੱਸਾਂ ਕਿ ਦੀਵਾਰ ਸੜੇ ਦੇ ਪੈ ਲੇਕਿਨ ਮਤ ਪ੍ਰਵੇਸ਼ ਭਾਈ ਰੋਕ ਦਿੱਤਾ ਕਿ ਦੀਵਾਰ ਨਹੀਂ ਡਿਵਣੀ ਇੱਟਾਂ ਵੀ ਸਟੀ ਗਈਆਂ ਸਾੜੀਆਂ ਦੀਵਾਰ ਨਹੀਂ ਡਿੱਪੀ ਵਜ੍ਹਾ ਕੀ ਆਈ ਇਹ ਆ ਬਈ ਖੇਡ ਖਿਡਾਵਾ ਇੱਕ ਚੀਜ਼ ਇੱਕ ਬੰਦਾ ਨਹੀਂ ਚਾਹੁੰਦਾ ਸਾਡੇ ਨਾਲ ਬੋਲਣਾ ਅਸਾਂ ਵੀ ਬਸ ਉਸ ਬੰਦੇ ਨੂੰ ਫੋਰਸ ਕੋਈ ਨਹੀਂ ਕਰਦੇ ਹਾਂ ਬੋਲਣਾ ਸਿਰਫ ਸਾਡੇ ਨਾਲ ਜ਼ੋਰ ਜ਼ੋਰ ਤੋਂ ਬੋਲ ਸਮਝ ਆ ਗਈ ਹੁਣ ਪੈ ਗਈ ਇਹਨਾਂ ਦੀ ਲੜਾਈ ਸਵਾਣੀ ਮਰਦ ਦੀ ਹੁਣ ਰੁੱਸ ਤੇ ਗਈ ਭਾਈ ਸਿੱਧ ਮਨਾਵਣ ਕਹਿ ਨਹੀਂ ਜਾਣੀ ਸਿੱਧੀ ਗੱਲ ਹੈ ਆਪਾਂ ਮਨਾਵਣ ਨਹੀਂ ਜਾਣੇ ਸਾਡੇ ਲੋ ਮੁੱਢੂ ਨਾ ਆਵੇ ਮੁੱਢੂ ਨਾ ਜਾਣੇ ਪ੍ਰਵੇਸ਼ ਦੀ ਸਵਾਣੀ ਜਾਣੇ ਅਸਾਂ ਨਹੀਂ ਜਾਣਿਆ ਠੀਕ ਹੈ ਕਿਉਂਕਿ ਕੋਈ ਬੰਦਾ ਕਿਸੇ ਨਾਲ ਜਦੋਂ ਚੰਗੀ ਕਰਦਾ ਨਾ ਤੇ ਉਹ ਬੰਦਾ ਉਵੇਂ ਉਹਦੇ ਨਾਲ ਚੰਗੀ ਕਰਦਾ ਠੀਕ ਹੈ ਸਾਡੇ ਨਾਲ ਚੰਗੀ ਨਹੀਂ ਹੋਈ ਅਸਾਂ ਨਹੀਂ ਜਾਣਿਆ ਕਿਸੇ ਨੂੰ ਮਨਾਵਣ ਵਾਸਤੇ ਬਾਵੇਂ ਉਹਨਾਂ ਦਾ ਘਰ ਵਸੇ ਬਾਵੇਂ ਨਾ ਵਸੇ ਇਹ ਪ੍ਰਵੇਸ਼ ਭਾਈ ਦਾ ਘਰ ਖੜੋਤਾ ਹੈ ਉਹਦੀ ਸਵਾਣੀ ਆਵੇ ਆਵੇ ਨਾ ਆਵੇ ਨਾ ਆਵੇ ਸਾਡੇ ਕੋਲ ਤਰਲੇ ਨਹੀਂ ਆਉਂਦੇ ਜੇ ਅਗਰ ਰੁੱਸ ਤੇ ਗਈ ਹੈ ਤਾਂ ਰੁੱਸ ਤੇ ਗਈ ਤਾਂ ਸਾਡੇ ਕੋਲ ਤਰਲੇ ਨਹੀਂ ਆਉਂਦੇ ਜੇ ਵੈਸੇ ਗਈ ਤਾਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਲੇਕਿਨ ਜਿਹੜੀ ਗੱਲ ਆਸੇ ਰਸਦੀ ਪਈ ਅਗਰ ਲੜੇ ਨਾ ਉਹਨਾਂ ਨੂੰ ਆਹ ਸਿਰ ਪੀੜੇ ਸਾਡੀ ਵਜ੍ਹਾ ਤੋਂ ਕੌਣ ਲੜੇ ਆਪ ਸਵਾਣੀ ਮਰਦ ਲੜੇ ਆਪਸ ਵਿੱਚ ਸੁਲਾ ਕਰਨਗੇ ਹਾਂ ਸਾਡੇ ਲੋਕ ਪ੍ਰਵੇਸ਼ ਮੈਂ ਸਿਰਫ ਇਸ ਗੱਲ ਆ ਅਸਾਂ ਆਏ ਵੱਡੇ ਦੇ ਤੌਰ ਤੇ ਵੀ ਸਾਨੂੰ ਪਤਾ ਲੱਗੇ ਕਿ ਇਹ ਲੜੇ ਅਸਾਂ ਸਿਰਫ ਇਸੇ ਗੱਲ ਪਤਾ ਕਰਨਾ ਹੈ ਵੀ ਕਿਹੜੇ ਵਜ੍ਹਾ ਤੋਂ ਲੜੇ ਆਖਰ ਵਜ੍ਹਾ ਕੀ ਬੜੀ ਕਿਉਂਕਿ ਨਾਲ ਬੈਠੇ ਆ ਸਮਝ ਆ ਗਈ ਹੁਣ ਇਹਨਾਂ ਦੀ ਮਰਜ਼ੀ ਦੀ ਗੱਲ ਹੈ ਕਿ ਆ ਕੇ ਬੰਦਾ ਨਹੀਂ ਉਹਨਾਂ ਦਾ ਹੱਕ ਤੇ ਆਏ ਨੇ ਚਲੋ ਉਹ ਦਿਮਾਗ ਉਹਨਾਂ ਦਾ ਬਾਲਾਂ ਨਾਲ ਉਹ ਲੜ ਪਿਓ ਦੀ ਮਾਂ ਤੇ ਸਿਆਣੀ ਬਿਆਨ ਹੈ ਨਾ ਉਹ ਤੇ ਪੁੱਛ ਸਕਦੇ ਵੀ ਤੁਸੀਂ ਕਿਹੜੀ ਗੱਲ ਤੋਂ ਲੜੇ ਨੇ ਸਾਨੂੰ ਸੱਦ ਮਾਰਿਆ ਆਖਿਆ ਬਿਲਾ ਵੀ ਕਿਉਂ ਲੜੇ ਨੇ ਮੈਂ ਆਪਣੀ ਧੀ ਨੂੰ ਅੱਜ ਲਈ ਜਾਣੀ ਆ ਕੋਈ ਤਾਂ ਗੱਲਬਾਤ ਹੋਵੇ ਉਹਨਾਂ ਚ ਸਹੀ ਗੱਲ ਹੈ ਇਹ ਬੱਕਰੀਆਂ ਬੁਕਰੀਆਂ ਕਿਹਦੇ ਗਿਆ ਪ੍ਰਵੇਸ਼ ਦੀ ਬੱਕਰੀਆਂ ਆ ਨਾ ਕਸ਼ੂ ਬੱਕਰੀਆਂ ਕੱਲ ਵਿਕਵਾ ਛੱਡੇ ਸੀ ਮਰਨ ਵਾ ਕੇ ਵੇਚ ਆ ਬੱਕਰੀਆਂ ਵੇਚ ਰਹੀ ਸੀ ਹਾਂ ਬੱਕਰੀਆਂ ਵਿਕਵਾ ਦਿੱਤੇ ਸੀ ਮਰਨ ਕੋਲ ਕਰ ਲੋ ਗੱਲ ਪਾਈ ਸਭ ਪੁੱਛਣ ਦਾ ਰੋਲਾ ਪਈ ਜਾਂ ਬੱਕਰੀਆਂ ਦਾ ਰੋਲਾ ਪਈ ਇਹਨਾਂ ਦਾ ਠੀਕ ਹੈ ਨਾ ਕੋਈ ਨਾ ਕੋਈ ਰੋਲਾ ਐਸਾ ਪਈ ਹਾਂ ਪੈਸਿਆਂ ਦਾ ਰੋਲਾ ਪਈ ਉਸ ਵੀ ਆ ਕੇ ਚੋਖਾਂ ਦੇ ਵਿੱਚ ਇਸ ਦੰਡਸ ਸੀ ਪ੍ਰੋਇਜ਼ ਹਾਂ ਚੋਖਾਂ ਦੇ 9000 ਦੇ ਵਿੱਚ 9000 ਦੀ ਬੱਕਰੀਆਂ ਵਿੱਚ ਸਾਰੀਆਂ ਸਾਰੀਆਂ ਚਾਰ ਬੱਕਰੀਆਂ 9000 ਦੀ ਉਹ ਇੱਕ ਬੱਕਰੀ ਇਕੱਲੀ ਜੀ ਦੀ 50000 ਦੀ ਜਿਹੜੀ ਵਧੀਆ ਹੀ ਸੂਣ ਵਾਲੀ ਬੱਕਰੀ ਆਈ ਉਹਨਾਂ ਦੀ ਹਾਂ ਇੱਕ ਸੂਈ ਆਈ ਇੱਕ ਸੂਣ ਵਾਲੀ ਆਈ ਪਤਾ ਨਹੀਂ ਕਹਿੰਦੇ ਆ ਕਿ ਲੱਗਦੇ ਦੀਏ ਇਤਨਾ ਕੰਮ ਕੀਤੇ ਰੱਖੇ ਸੀ ਹੱਦ ਮੁੱਕ ਗਈ ਏ ਲੋਸ ਹੈ ਗਾਇਸ ਆਪਣੇ ਘਰ ਵਾਲੇ ਨੇ ਆਪਾਂ ਕਿਸੇ ਨੂੰ ਕਿਉਂ ਵਾਪਸ ਆਪਾਂ ਚੱਲਦੇ ਫੋਨ ਕਰ ਪਤਾ ਕਰਦੇ ਆ ਜਿਵੇਂ ਘਰੇ ਆਂਦਾ ਤੇ ਬਸ ਤੁਹਾਨੂੰ ਦੱਸਦੇ ਆ ਵੀ ਕਿਹੜੀ ਗੱਲ ਲੜੇ ਲੜੇ ਜ਼ਰੂਰ ਕਿਉਂਕਿ ਆ ਅਸੀਂ ਕੂੜ ਨਹੀਂ ਮਾਰਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਬੜੀ ਪ੍ਰਵੇਸ਼ ਆ ਸੀ ਨਾ ਪਤਾ ਲੱਗ ਸੀ ਅਤੇ ਸਾਡੇ ਇਲਾਕੇ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਬਾਰਿਸ਼ ਆਉਣ ਵਾਲੀ ਅੱਜ ਬਿਲਕੁਲ ਬਾਰਿਸ਼ ਬੱਦਲ ਫਿਰ ਤੇ ਝੜ ਗਈ ਹੈ ਇਹ ਵੇਖੋ ਇਹ ਬੱਦਲ ਇਸ ਸਾਈਡ ਤੋਂ ਸਾਰਾ ਬੱਦਲ ਬੜਾ ਹੋਇਆ ਬਾਰਿਸ਼ ਵਾਲਾ ਸਾਰਾ ਬਾਰਿਸ਼ ਵਾਲਾ ਬੱਦਲ ਬੜਾ ਹੋਇਆ ਫੋਨ ਉੱਤੇ ਪਈ ਮੇਰਾ ਮੋਬਾਈਲ ਦੂਜਾ ਮੋਬਾਈਲ ਫੋਨ ਵਾਲਾ ਉੱਤੇ ਪਈ ਇੱਥੇ ਕੋਈ ਮੇਰੇ ਕੋਲੋਂ ਗਾਲੀ ਗੁਲੀ ਕੱਢੀ ਨੀ ਜਾਈ ਮੈਂ ਪਤਾ ਲੜਦੀ ਖੜੀ ਉਹਨੂੰ ਕਿਉਂ ਮਾਰੇ ਅੱਛਾ ਚਲੋ ਕੋਈ ਨੀ ਉਹ ਜਾਣਨ ਤੋਂ ਜਾਣਨ ਕਿਉਂ ਸਾਨਾ ਟੈਨਸ਼ਨ ਲੱਗੀ ਬੇਟੀ ਮੇਰੀ ਸਵਾਣੀ ਤੂੰ ਟੈਨਸ਼ਨ ਨਾ ਲੈ ਠੀਕ ਹੈ ਤੂੰ ਟੈਨਸ਼ਨ ਜਦ ਲੈਣੀ ਉਡਾਣ ਬਿਮਾਰ ਹੋ ਜਾਣੀ ਸਮਝ ਆ ਗਈ ਨਾ ਟੈਨਸ਼ਨ ਨਾ ਲੈ ਦੁੱਬ ਲਾਂਜ ਨਾ ਬਾਬੂ ਚਲੋ ਉਹ ਤਾਂ ਚੱਲੀਏ ਆਪਾਂ ਇੱਥੇ ਹੁਣ ਕਹਿ ਲਾ ਦੁੱਬਾਂ ਦੀ ਕੜੀ ਕਹਿ ਲਾ ਬਦਲੇ ਕਹਿ ਲਾ ਦੁੱਬ ਤੇ ਕਹਿ ਲਾ ਬਦਲੇ ਆਪਾਂ ਉੱਥੇ ਚੱਲਦੇ ਆ ਜਾਓ ਚਲੋ ਆਓ ਇੱਥੇ ਨਾ ਬਾਬੂ ਇੱਥੇ ਤਾਂ ਨਾ ਬਾਬੂ ਦੁੱਬ ਲਾਂਜ ਨਾ ਬਾਬੂ ਰੰਗ ਕਾਲਾ ਹੋ ਜਾ ਆ ਜਾਓ ਪ੍ਰਵੇਸ਼ ਦਾ ਹੱਕ ਹੈ ਇਹਦਾ ਸੁਣਾ ਹੁਣ ਇਸੇ ਗੱਲ ਤੋਂ ਮੈਨੂੰ ਇਹਨਾਂ ਤਕਾ ਵੇਲੇ ਕਿ ਹੱਕ ਬੜਾ ਆਪਾਂ ਨੂੰ ਦੱਸਿਆ ਵੀ ਕਿਹੜਾ ਨਾ ਮੇਰੀ ਸਮਾਂ ਰੁੱਸ ਗਈ ਸਾਡੀ ਲੜਾਈ ਪਈ ਕਿ ਨਹੀਂ ਆਪ ਕੱਲਾ ਛੋਟ ਵਗਿਆ ਬੜੀ ਮਾੜੀ ਗੱਲ ਹੋਈ ਠੀਕ ਹੈ ਕੀ ਕਰਦਾ ਪਿਆ ਹੈਂ ਡਰ ਵੇਦਾ ਪਿਆ ਕੁਰਸੀ ਕਰੇ ਕੁਰਸੀ ਉੱਤੇ ਚਾਹੀਂ ਯਾਰ ਕੁਰਸੀਆਂ ਟੁੱਟ ਕਿਵੇਂ ਗਈਆਂ ਮੈਨੂੰ ਇਹ ਸਮਝ ਨਹੀਂ ਆਉਂਦੀ ਪੈਪੜੀ ਕੁਰਸੀ ਦੀ ਮੈਂ ਚੰਗੇ ਬੰਦੇ ਕੋਲ ਇਹ ਤੇ ਨਹੀਂ ਤੂੰ ਹਰ ਘਰ ਦੇ ਵਕੀਲ ਕਰਕੇ ਲੈ ਜਾਂਦਾ ਯਾਰ ਆਸੀ ਕੁਰਸੀ ਉੱਤੇ ਚੜੇ ਇਹਦੀ ਜੀ ਹਾਂ ਇਹ ਕੁਰਸੀ ਵਈ ਇਹ ਤੱਲੇ ਮਹਿਮਾਨ ਕਰਾਣਾ ਇਹ ਮਹਿਮਾਨ ਕਰਾਣਾ ਇਹ ਤੇ ਹੁਣ ਆਣਾ ਮਹਿਮਾਨ
अंदर पी जा चाह फोन ही नहीं चलता भी प्रवेश भाई ने देखो ना फोन नहीं चाह रही है फोन कर करते आप की सना हाँ जी फोन ही नहीं चाह रही है आवे चेक कर फोन की तरह फोन नहीं चाह रही ऑफलाइन जाता भी जाए ऑफलाइन जाना भी काली क्या नहीं चाहे टाइम डूब दी पे चेक कर वे फोन नहीं जाना फोन बंद है नेट बंद की तरह से उसे नेट ही बंद की काली बंद की एयरपोर्ट मोबाइल क्या मसला बड़ा है यार चलो गाइस कोई गल नहीं पता कर दें परवेज भाई का ठीक है तो तुहानू अपडेट देने नेक्स्ट वीडियो ठीक है तो पता कर दें कि सूरत हाल है कि नहीं है तो यह तो हकीकत है नहीं तो गल मन वाली कि जेड़ा परवेज भाई बेगम जी रोस्ते वाग गई क्यों हो गया आपू हाँ बादल आ गया तो बारिश आने वाली ना बारिश आने इस वजह तो बादल आ गए बारिश आने वाली ओके गाइस अल्लाह हाफिज़ दुआएं याद रखे हंसते वसते रहो जेने मेरे चैनल के नवे चैनल सबसक्राइब कर लिया परवेज भाई नाल बड़ी बुरी बड़ी है और बेगम छड़ तो फिलहाल वग गई है तो जिमें कोई नवी अपडेट आँदी ना तो शेयर कर सैं वीडियो मेरी वेखते रहे वीडियो वेखनी छड़नी नहीं चलो नवी अपडेट जरूर दस हाँ भाई के कोई गल नहीं गाइस परवेज भाई आ जाते पता कर नेक्स्ट वीडियो तुम्हें सारा पता लगे भी वाइफ में क्या मसला बड़ा क्यों गई है क्यों नहीं गई कि लड़ाई हुई कि नहीं हुई उसका खुद का इंटरव्यू ले तो शेयर कर सो अलग काम ना तो उस तो बाद पता कर दें कि सुरते लड़ाई पई कि चीज़ से मैनू पक्का पता है तो पाई सब कुछ रोल है इन शाला अल्लाह हाफिज़ मिलते हैं नेक्स्ट वीडियो तो याद रखा है बाय बाय।